ਪਰਸੋਂ ਜਦੋਂ ਬਾਰਿਸ਼ ਆਈ ਹੈ ਨਾ ਅਤੇ ਨਾਲ ਹਨੇਰੀ ਆਈ ਸੀ ਯਾਨੀ ਤੂਫਾਨ ਸੀ ਵਾਹਵਾ, ਅਤੇ ਇਹ ਥੋੜ੍ਹਾ ਬਹੁਤਾ ਜਿਹੜਾ ਨਾ ਕਿਸਾਨਾਂ ਨੂੰ ਨੁਕਸਾਨ ਵੀ ਹੋਇਆ ਪਰਸੋਂ ਦਾ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹ, ਅਤੇ ਕੀ ਹਾਲ ਚਾਲ ਹੈ ਸਾਰਿਆਂ ਦਾ, ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਯਾਰ ਟਾਈਮ ਹੋ ਗਿਆ ਜੇ ਸੁਬਾਹ ਦੇ 10:30 ਵਜੇ ਦਾ, ਠੀਕ ਹੈ। ਅਤੇ ਮੈਂ ਅਤੇ ਰਿਆਜ਼ ਬਾਈ ਅਸੀਂ ਘਰ ਜਾਂਦੇ ਹਾਂ ਪਿਆ, ਕਿਉਂਕਿ ਅੱਜ ਲਾਈਟ ਹੈ ਨਹੀਂ ਹੈ ਅਤੇ ਤਦ ਦੱਸ ਅਸੀਂ ਅੱਜ ਕੰਮ 'ਤੇ ਨਹੀਂ ਗਏ, ਅਤੇ ਅਸੀਂ ਜਾ ਰਹੇ ਹਾਂ ਘਰ ਭਰਾ ਰਸਤੇ ਦੇ ਵਿੱਚ ਜਾਂਦੇ ਹਾਂ। ਤੁਹਾਨੂੰ ਪਤਾ ਹੈ ਕਿ ਜਦੋਂ ਮੈਂ ਅਤੇ ਰਿਆਜ਼ ਬਾਈ ਘਰ ਜਾਂਦੇ ਹੋਈਏ ਅਤੇ ਯਾਦ ਅਸਾਂ ਬੋਤਲ ਪੀਣੀ ਹੁੰਦੀ ਹੈ, ਅਤੇ ਯਾਦ ਤਾਂ ਫਿਰ ਜਿਹੜਾ ਨਾ ਸਰਦੀਆਂ ਦਾ ਜਦੋਂ ਸੀਜ਼ਨ ਸਟਾਰਟ ਹੋਏ ਉਦੋਂ ਹੁੰਦੇ ਨੇ ਗੰਨੇ, ਅਤੇ ਫਿਰ ਰਿਆਜ਼ ਬਾਈ ਜਿਹੜਾ ਨਾ ਕਿੱਧਰੋਂ ਨਾ ਕਿੱਧਰੋਂ ਗੰਨਿਆਂ ਨੂੰ ਹੱਥ ਮਾਰ ਲਿਆਉਂਦੇ ਨੇ। ਅਤੇ ਅੱਜ ਵੀ ਰਿਆਜ਼ ਬਾਈ ਕਿ 2 ਗੰਨੇ ਲਾ ਕੇ ਲੈ ਕੇ ਆਏ ਹਨ ਪਤਾ ਨਹੀਂ ਕਿਤੇ, ਅਤੇ ਉਹ ਸਾਹਮਣੇ ਰਿਆਜ਼ ਬਾਈ ਆਪਣਾ ਗੰਨਾ ਪੇ ਝੂਸਦੇ ਨੇ, ਠੀਕ ਹੈ। ਅਤੇ ਇਹ ਮੇਰੇ ਕੋਲ ਗੰਨਾ, ਇਹ ਜਿਹੜਾ ਨਾ ਭਰਾ ਲਿਆ ਝੋੜੀ ਦੇ ਨੇ, ਪਰ ਉਹਨਾਂ ਨੂੰ ਪਤਾ ਸੀ ਉਹਨਾਂ ਦੇ ਸਾਹਮਣੇ ਲਾਏ ਨੇ। ਜਦੋਂ ਕਿਸੇ ਦੇ ਸਾਹਮਣੇ ਲਾਈਏ ਤਾਂ ਫਿਰ ਉਹ ਚੋਰੀ ਤਾਂ ਨਹੀਂ ਨਾ ਹੁੰਦੀ, ਫਿਰ ਉਹਨੂੰ ਪਤਾ ਹੁੰਦਾ ਅਗਲੇ ਨੂੰ, ਕਹਿੰਦੇ ਸਾਡੇ ਸਾਹਮਣੇ ਲਾਏ ਨੇ। ਬਾਕੀ ਮੈਂ ਅਤੇ ਰਿਆਜ਼ ਬਾਈ ਜਿਹੜਾ ਨਾ ਇਸ ਰੋਡ ਤੋਂ ਤਕਰੀਬਨ ਕੋਈ 3-4 ਮਹੀਨਿਆਂ ਬਾਅਦ ਅਸੀਂ ਟੁਰਦਿਆਂ ਜਾਣ ਲੱਗੇ ਹਾਂ, ਅਤੇ ਪਹਿਲੇ ਕਦੀ ਰਿਆਜ਼ ਸਾਹਿਬ ਪਹਿਲੇ ਟੁਰ ਜਾਂਦੇ ਹਨ ਅਤੇ ਕਦੀ ਮੈਂ ਪਹਿਲੇ ਟੁਰ ਜਾਂਦਾ ਹੁੰਦਾ, ਯਾਨੀ ਇਕੱਠਿਆਂ ਜਿਹੜਾ ਨਾ ਅਸੀਂ ਤਕਰੀਬਨ ਕੋਈ 3-4 ਮਹੀਨਿਆਂ ਬਾਅਦ ਟੁਰਦਿਆਂ ਜਾਣ ਲੱਗੇ ਹਾਂ। ਬਾਕੀ ਇਹ ਤੁਸੀਂ ਜਾਣਦੇ ਹੀ ਹੋਵੋਗੇ ਸਾਡਾ VIP ਰੋਡ, ਠੀਕ ਹੈ, ਕੱਚਾ ਰੋਡ। ਇੱਧਰ ਜਬ ਬਾਰਿਸ਼ ਆਤਾ ਹੈ ਇੱਧਰ ਸੇ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ, ਇੰਨਾ ਜਿਹੜਾ ਨਾ ਇੱਥੇ ਜ਼ਿਕਰ ਹੋ ਜਾਤਾ ਹੈ। ਇਸਕੋ ਕਹਤੇ ਹੈ ਸੁੰਡੀ, ਇਹ ਜਦੋਂ ਮਾੜੀ ਦੀ ਇਹਨਾਂ ਕੱਪੜਿਆਂ 'ਚ ਮਰ ਜਾਂਦੀ ਅਤੇ ਹੁਣ ਅੰਮਲ ਘੜਿਆਲ ਦਾ ਮਜ਼ਾ ਵੇਖਿਓ। ਉਹ ਨਹੀਂ ਚੰਬੜੀ ਥੱਲੇ ਡੇ ਪਈ। ਬਾਕੀ ਇੱਧਰ ਜਿਹੜਾ ਨਾ ਰੇਤਲੀ ਜ਼ਮੀਨ ਹੈ ਸਾਰੀ, ਅਤੇ ਇੱਧਰ ਮੂੰਜੀਆਂ ਵੀ ਪੱਗ ਗਈਆਂ ਨੇ। ਖੈਰ ਇਹ ਵਾਲਾ ਜਿਹੜਾ ਬੀਜ ਹੈ ਅਤੇ ਜਿੰਨੇ ਜਿੰਨੇ ਲਾਇਆ ਉਹ ਸਾਰੇ ਭੱਗ ਗਿਆ ਹੈ। ਇਹ ਮੂੰਜੀ ਜਿਹੜੀ ਨਾ ਸੁਪੜੀ ਅਤੇ ਹੋਰ ਜਿੰਨੇ ਦੂਸਰੇ ਤੀਸਰੇ ਬੀਜ ਨੇ ਉਹ ਸਾਰੇ ਭੱਗ ਗਏ ਨੇ, ਅਤੇ ਇਹ ਮੂੰਜੀ ਇਹ ਸੁਪੜ ਇਹ ਨਹੀਂ ਅਤੇ ਪੱਕੀ ਹੈ। ਬਾਕੀ ਸੁਪੜ ਤੋਂ ਇਲਾਵਾ ਜਿੰਨੀਆਂ ਮੂੰਜੀਆਂ ਨੇ ਨਾ ਉਹ ਸਾਰੀ ਫਸਲ ਸਾਰਿਆਂ ਦੀ ਪੱਗ ਗਈ ਅਤੇ ਉਹਦੀ ਕਟਾਈ ਵੀ ਸਟਾਰਟ ਹੋ ਗਈ ਹੈ। ਇਹ ਮੈਂ ਆਪਾਂ ਦੱਸਣਾ ਨਾ ਤੁਹਾਨੂੰ ਕਿ ਦੂਸਰੀ ਮੂੰਜੀਆਂ ਦੀ ਕਟਾਈ ਸਟਾਰਟ ਹੋ ਗਈ ਹੈ, ਅਤੇ ਇਹ ਵੇਖੋ ਮੂੰਜੀ ਵੱਢ ਕੇ ਨਾ ਅਤੇ ਉਹ ਫੰਡ ਦੇ ਪਏ, ਇੰਜ ਜਿਹੜਾ ਨਾ ਮੂੰਜੀ ਫੰਡੀ ਜਾਂਦੀ ਹੈ। ਇਹ ਬਰਾ ਲਿਆ ਬਹੁਤ ਦੂਰ ਨੇ, ਆ ਵੇਖੋ ਉਹ ਮੈਂ ਜ਼ੂਮ ਕੀਤਾ ਸੀ ਉਹ ਸਾਹਮਣੇ ਲੱਗੇ ਨੇ, ਅਤੇ ਮੈਂ ਜਿਹੜਾ ਨਾ ਇੱਥੋਂ ਰੋਡ ਤੋਂ ਖਲੋ ਕੇ ਵੀਡੀਓ ਬਣਾਉਣਾ ਪਿਆ, ਯਾਨੀ ਮੈਂ ਉਹਨਾਂ ਤੋਂ ਕਾਫੀ ਦੂਰ ਹਾਂ, ਤਾਂ ਦੱਸ ਜਿਹੜਾ ਨਾ ਕਲੀਅਰ ਨਹੀਂ ਆਏ। ਆਓ ਕੀ ਹਾਲ ਚਾਲ ਹੈ, ਪੱਠਿਆਂ 'ਤੇ ਬੈਠਦੇ ਜੇ ਇਹ ਕਿਹੜੀ ਸੁਪਰੀ ਮੁੱਗੇ ਹੀ ਆ ਵੀ ਫਿਰ ਕੇ ਪੱਠੇ ਬਣ ਜਾਣਗੇ। ਆਹੋ ਨਾਲੇ ਪੱਠੇ ਬਣ ਜਾਂਦੇ ਨੇ, ਇਹ ਬੜਾ ਡਰਾਮ ਆ ਨੀ ਖੜਦਾ ਓਏ, ਇਹ ਕਦੀ ਜਿੱਦਣ ਇਹਦਾ ਮੂਡ ਹੋਏ ਉਦਣ ਕੰਮ ਕਰਦਾ, ਨਹੀਂ ਤੇ ਇਹ ਬਹੁਤ ਡਰਾਮ ਬੰਦਾ ਹੈ। ਤੇਰੀ ਗੱਲ ਕਰਦੇ ਉਹਨੂੰ ਪਤਾ ਲੱਗ ਗਿਆ, ਮੇਰੀ ਗੱਲ ਕਰਦੇ ਨੂੰ ਹੁਣ ਉਦਣ ਟੁੱਟ ਗਿਆ, ਹੁਣ ਇਹਨਾਂ ਨੂੰ ਪਤਾ ਲੱਗ ਜਾਂਦਾ ਬੜੀ ਸਪੀਡ ਹੈ ਇਹਦੀ ਟੁਰਨ ਦੇ ਵਿੱਚ, ਟੁੜੀ ਜਾਂਦਾ। ਮੈਂ ਤੁਹਾਨੂੰ ਅੱਗੇ ਦੱਸਣਾ ਹਨ, ਜਦ ਬਾਰਿਸ਼ ਆਤਾ ਹੈ ਤਾਂ ਉਹਦੇ ਸਿਰ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ। ਪਰਸੋਂ ਬਾਰਿਸ਼ ਆਈ ਸੀ, ਇਹ ਵੇਖੋ ਜਿੱਥੇ ਇੱਥੇ ਟੋਏ ਨੇ ਨਾ ਉੱਥੇ ਚਿੱਕਰ ਸਹੀ ਹੋ ਗਿਆ, ਅਤੇ ਇੱਥੋਂ ਪਰਸੋਂ ਨਾ ਲੰਘਿਆ ਜਾ ਰਿਹਾ ਸੀ ਤਾਂ ਨਾ ਟਾਪਿਆ ਜਾ ਰਿਹਾ ਸੀ। ਕਿਉਂ ਰਿਹਾ ਸਾਹਿਬ, ਇਹ ਸ਼ਰਮਾ ਗਈ ਬੱਚੀ, ਸ਼ਰਮੀਲੀ ਨਾਗਿਨ ਸ਼ਰਮਾ ਜਾਤੀ ਹੈ। ਇੱਥੋਂ ਕੋਟਕੈਂਡ ਦਾ ਟਾਊਨ ਸਟਾਰਟ ਹੋਈ ਜਾਂਦਾ, ਇੱਥੋਂ ਕੋਟਕੈਂਡ ਸਟਾਰਟ ਹੋਈ ਜਾਂਦਾ ਜੇ ਇਸ ਸਾਈਡ ਤੋਂ ਆਓ ਨਾ ਚੇਲੇ ਵਾਲੇ ਰੋਡ ਤੋਂ, ਫਿਰ ਇੱਥੋਂ ਕੋਟਕੈਂਡ ਸਟਾਰਟ ਹੋਈ ਜਾਂਦਾ। ਅਤੇ ਯਾਰ ਪਰਸੋਂ ਜਦੋਂ ਬਾਰਿਸ਼ ਆਈ ਹੈ ਨਾ ਅਤੇ ਨਾਲ ਹਨੇਰੀ ਆਈ ਸੀ ਯਾਨੀ ਤੂਫਾਨ ਸੀ ਵਾਹਵਾ, ਜਿੰਨੀਆਂ ਮੂੰਜੀਆਂ ਹਨ ਜਿਹੜੀਆਂ ਪੱਕਣ ਦੇ ਨੇੜੇ ਆਈਆਂ ਹਨ ਜਾਂ ਜਿਨ੍ਹਾਂ ਦੀਆਂ ਕੱਦ ਸਹੀ ਹਨ ਜਿਹੜੀਆਂ ਵੱਡੀਆਂ ਹਨ, ਕੱਦ ਜਿਨ੍ਹਾਂ ਦਾ ਸਹੀ ਉਹ ਸਾਰੀਆਂ ਡਿੱਗ ਪਈਆਂ ਨੇ, ਅਤੇ ਇਹ ਥੋੜ੍ਹਾ ਬਹੁਤਾ ਜਿਹੜਾ ਨਾ ਕਿਸਾਨਾਂ ਨੂੰ ਨੁਕਸਾਨ ਵੀ ਹੋਇਆ। ਬਾਕੀ ਇਹ ਵੀ ਵੇਖੋ, ਇਹ ਵੀ ਸਾਰੀ ਮੂੰਜੀ ਜਿਹੜੀ ਨਾ ਇਹ ਵੀ ਡਿੱਗ ਪਈ, ਇਹ ਵੀ ਥੋੜ੍ਹੀ ਬਹੁਤੀ ਖਰਾਬ ਹੋ ਗਈ ਯਾਰ। ਤੂੰ ਅਗਲੀ ਪੈਲੀ ਜਿਹੜੀ ਉਹਦੇ ਵਿੱਚ ਵੀ ਮੂੰਜੀ ਡਿੱਗ ਪਈ, ਯਾਨੀ ਸਾਰੀਆਂ ਮੂੰਜੀਆਂ ਜਿਹੜੀਆਂ ਨੇ ਨਾ ਉਹ ਹਿਸਾਬ ਨਾਲ ਡਿੱਗ ਪਈਆਂ ਨੇ, ਜਿਨ੍ਹਾਂ ਦੇ ਕੱਦ ਸਹੀ ਹਨ ਅਤੇ ਜਿਨ੍ਹਾਂ ਦੇ ਕੱਦ ਛੋਟੇ ਛੋਟੇ ਹਨ ਨਾ ਉਹ ਬਚ ਗਈਆਂ ਨੇ, ਬਾਕੀ ਸਾਰੀਆਂ ਡਿੱਗ ਪਈਆਂ ਨੇ। ਅਤੇ ਰਿਆਜ਼ ਸਾਹਿਬ ਮੈਨੂੰ ਵੱਟਾਂ ਮਾਰਨ ਲੱਗੇ ਨੇ, ਅੱਛਾ ਕਾਕਾ ਤੂੰ ਮੈਨੂੰ ਵੱਟਾਂ ਮਾਰਿਆ ਵੇਖਿਓ। ਬਾਕੀ ਇਹ ਵੇਖੋ, ਇਹ ਵੀ ਮੂੰਜੀ ਜਿਹੜੀ ਹੈ ਨਾ ਸਾਰੀ ਡਿੱਗ ਪਈ ਹੈ, ਦਰਮਿਆਨ ਦੇ ਵਿੱਚ ਤਾਂ ਬਹੁਤੀ ਖਰਾਬ ਹੋਈ ਹੈ ਅਤੇ ਸਾਈਡਾਂ ਤੋਂ ਵੀ ਜਿਹੜਾ ਨਾ ਡਿੱਗ ਪਈ ਹੈ। ਖਰਾਬ ਜਾਣੀਆਂ ਹੁੰਦੀ ਹੈ ਕਿ ਜਿਹੜੀ ਪੱਕੀ ਹੋਏ ਨਾ ਉਹ ਚੜ ਜਾਂਦੀ ਮੂੰਜੀ, ਉਹ ਅੱਗੇ ਪੱਕੀ ਹੁੰਦੀ ਹੈ ਉਹਦਾ ਝਾੜ ਜਿਹੜਾ ਨਾ ਯਾਨੀ ਜਿਹੜੇ ਚਾਵਲ ਹੁੰਦੇ ਨੇ ਉਹ ਥੱਲੇ ਘਿਰ ਜਾਂਦੇ ਨੇ। ਅਤੇ ਇਹ ਸਾਡੇ ਪਿੰਡ ਦੇ ਡੰਗਰ, ਸਾਡੇ ਪਿੰਡ ਦੀ ਰੌਣਕ, ਸਾਡੇ ਪਿੰਡ ਦੇ ਡੰਗਰ ਅਤੇ ਸਾਡੇ ਪਿੰਡ ਦਾ ਗੋਹਾ। ਅਤੇ ਯਾਰ ਇਹ ਵੇਖੋ, ਇਹ ਵੀ ਸਾਰੀ ਮੂੰਜੀ ਜਿਹੜਾ ਨਾ ਡਿੱਗ ਪਈ ਹੈ, ਯਾਨੀ ਇਹ ਵੀ ਅੱਧੀ ਪਚੱਧੀ ਖਰਾਬ ਹੋ ਗਈ ਹੈ। ਇਹਦਾ ਕੀ ਨੁਕਸਾਨ,
ਧਵਾਓ ਧਵਾਓ ਅੱਜ ਸਾਰੇ, ਅੱਜ ਘਰ ਆ ਵਿਹਲਿਆਂ ਨਾ ਬਹਿਣ ਦਿਓ ਬਸ। ਅਤੇ ਯਾਰ ਅੱਜ ਅਸੀਂ ਕੰਮ ਤੋਂ ਜਲਦੀ ਘਰ ਆ ਗਏ ਹਾਂ ਬਰਾਲ, ਅਸੀਂ ਘਰ ਆਏ ਹਾਂ ਅਤੇ ਨਾਲ ਹੀ ਅੰਮੀ ਹੋਰਾਂ ਨੇ ਨਾ ਟਾਕੀਆਂ ਸ਼ਾਕੀਆਂ ਮਾਰ ਕੇ ਅਤੇ ਕੰਬਲ ਬਾਹਰ ਕੱਢੇ ਹਨ, ਅਤੇ ਹੁਣ ਅਸੀਂ ਜਿਹੜਾ ਨਾ ਅੰਮੀ ਹੋਰਾਂ ਦੀ ਹੈਲਪ ਕਰਵਾਉਂਦੇ ਹਾਂ ਪਏ, ਯਾਨੀ ਕੰਬਲ ਜਿਹੜਾ ਨਾ ਹੁਣ ਅਸੀਂ ਧੋਂਦੇ ਹਾਂ ਪਏ, ਕੰਬਲ ਸ਼ੰਬਲ ਧੋ ਕੇ ਅਤੇ ਫਿਰ ਇਹ ਲਾ ਕੰਮ ਖਤਮ ਹੋਈ ਜਾਣਾ। ਲੰਡੇ 'ਚ ਬੜੀਆਂ ਗੋਇੰਗ ਟੂ ਲੰਡਾ ਐਂਡ ਚਾਦਰ ਲੈ ਲਓ ਜਿੰਨੀ ਮਰਜ਼ੀ। ਇੱਕ ਟੁੱਟ ਗਿਆ ਅਤੇ ਹੁਣ ਦੂਸਰੇ ਦੀ ਵਾਰੀ ਅਤੇ ਫਿਰ ਤੀਸਰੇ ਦੀ ਵਾਰੀ, ਅਤੇ ਹੁਣ ਇਹਨਾਂ ਦੇ ਵਿੱਚ ਸਰਫ ਕੱਢੀ ਜਾਂਦੀ ਸੀ। ਹੁਣ ਤਾਂ ਨਹਾ ਨਹਾ ਕੇ ਕੰਬਲ ਨੂੰ ਵੀ ਠੰਡ ਲੱਗਣ ਲੱਗ ਪਈ ਹੋਣੀ, ਅਤੇ ਇਹ ਹੁਣ ਜਿਹੜਾ ਨਾ ਟੱਪ ਵਿੱਚ ਅਸੀਂ ਸਾਫ਼ ਪਾਣੀ ਭਰਨੇ ਹਾਂ, ਫਿਰ ਉਹਦੇ ਵਿੱਚ ਫਿਰ ਅਸੀਂ ਕੰਬਲ ਇੱਕ ਦਫ਼ਾ ਸੁੱਟਾਂਗੇ, ਫਿਰ ਬਿਲਕੁਲ ਸਾਫ਼ ਹੋਈ ਜਾਣਗੇ, ਥੋੜ੍ਹੀ ਬਹੁਤੀ ਸਰਫ ਇਹਨਾਂ ਦੇ ਵਿੱਚ ਰਹੀ ਹੈਗੀ ਉਹ ਵੀ ਨਿਕਲ ਜਾਏਗੀ। ਫਿਰ ਸਾਡੇ ਕੰਬਲ ਹੁਣ ਧੁੱਚ ਕੇ ਨੇ ਅਤੇ ਹੁਣ ਅਸੀਂ ਇਹਨਾਂ ਨੂੰ ਛੱਤ 'ਤੇ ਲੈ ਕੇ ਜਾਣੇ, ਫਿਰ ਇਹਨਾਂ ਨੂੰ ਧੁੱਪ ਦੇ ਵਿੱਚ ਸੁੱਕਣੇ ਪਾਵਾਂਗੇ। ਅਤੇ ਕੰਬਲਾਂ ਨੂੰ ਜਿਹੜਾ ਨਾ ਅਸੀਂ ਹੁਣ ਸੁੱਕਣੇ ਪਾ ਦਿੱਤਾ ਆਪਣੇ ਆਪਣੇ ਬਨੇੜਿਆਂ 'ਤੇ, ਅਤੇ ਹੁਣ ਸ਼ਾਮ ਤੱਕ ਜਿਹੜਾ ਨਾ ਮਾਸਾ ਇਹਨਾਂ ਨੇ ਥੋੜ੍ਹਾ ਥੋੜ੍ਹਾ ਸੁੱਕਣਾ, ਸੁੱਕਣਾ ਇਹਨਾਂ ਨੇ ਕੱਲ੍ਹ ਪਰਸੋਂ, ਅੱਜ ਨਹੀਂ ਇਹਨਾਂ ਨੇ ਸੁੱਕਣਾ। ਇਹ ਕੰਬਲ ਅਸੀਂ ਸਾਹਮਣੇ ਫਰੰਟ 'ਤੇ ਸੁੱਕਣੇ ਪਾਇਆ ਤਾਂ ਕਿ ਹਰ ਆਉਂਦਾ ਜਾਂਦਾ ਵੇਖੇ ਕਿ ਸਰਦੀਆਂ ਆਉਣ ਵਾਲੀਆਂ ਨੇ, ਅਤੇ ਅਸੀਂ ਵੀ ਆਪਣੇ ਆਪਣੇ ਕੰਬਲਾਂ ਨੂੰ ਟਾਕੀਆਂ ਸ਼ਾਕੀਆਂ ਮਾਰ ਕੇ ਅਤੇ ਬਾਹਰ ਕੱਢ ਲੈਣਾ ਹੁਣ, ਕਿ ਇਹ ਦੋ ਜਿਹੜੇ ਨਾ ਅਸੀਂ ਪਿੰਡ ਵੱਲ ਨੂੰ ਮੂੰਹ ਕੀਤਾ ਇਹਨਾਂ ਦਾ, ਤਾਂ ਕਿ ਪਿੰਡ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਅਸੀਂ ਕੰਬਲ ਧੋ ਲਏ ਨੇ। ਅਤੇ ਯਾਰ ਟਾਈਮ ਹੋ ਗਿਆ ਜੇ ਰਾਤ ਦੇ 9 ਵਜੇ ਦਾ, ਤਕਰੀਬਨ ਸਾਨੂੰ ਸ਼ਾਮ ਪੈ ਗਈ ਸੀ ਵਿਹਲੇ ਆਉਂਦੇ ਹੁੰਦੇ ਹਾਂ, ਕਿਉਂਕਿ ਜਦੋਂ ਅਸੀਂ ਕੰਬਲ ਸ਼ਮਲ ਧੋ ਕੇ ਵਿਹਲੇ ਹੋਏ ਹਾਂ ਨਾ, ਫਿਰ ਅਸੀਂ ਡੇਰੇ ਟੁੱਟ ਗਏ ਹਾਂ, ਜਾ ਕੇ ਡੇਰੇ ਦੀ ਅਸੀਂ ਥੋੜ੍ਹੀ ਬਹੁਤੀ ਸਫਾਈ ਕੀਤੀ ਹੈ, ਕਿਉਂਕਿ ਥੂਮ ਯਾਨੀ ਲਸਣ ਲਾਉਣ ਦਾ ਜਿਹੜਾ ਮੌਸਮ ਹੈ ਨਾ ਉਹ ਆ ਗਿਆ, ਅਤੇ ਇਤਵਾਰ ਵਾਲੇ ਦਿਨ ਇਨਸ਼ਾਅੱਲਾ ਅਸੀਂ ਜਿਹੜਾ ਨਾ ਆਪਣਾ ਥੂਮ ਵੀ ਰੈਡੀ ਕਰਕੇ ਲਗਾ ਦਿਆਂਗੇ, ਅਤੇ ਅੱਜ ਜਿਹੜਾ ਨਾ ਅਸੀਂ ਡੇਰੇ ਦੀ ਫੁੱਲ ਸਫਾਈ ਕਰ ਖੜੀਏ, ਅਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣਾ ਡੇਰਾ ਵਹਾਵਾਂਗਾ ਕਿ ਉਹ ਹੁਣ ਕਿਸ ਤਰ੍ਹਾਂ ਦਾ ਲੱਗਦਾ ਪਿਆ। ਬਾਕੀ ਯਾਰ ਜਿੱਦਣ ਬੰਦਾ ਵਿਹਲਾ ਹੁੰਦਾ ਨਾ ਕੰਮ ਤੋਂ ਅਤੇ ਘਰ ਹੁੰਦਾ, ਉੱਦਣ ਬੰਦਾ ਸਿਰਫ ਨਾਂ ਦਾ ਹੀ ਵਿਹਲਾ ਹੁੰਦਾ, ਕਿਉਂਕਿ ਜਦੋਂ ਬੰਦਾ ਘਰ ਹੁੰਦਾ ਨਾ ਅਤੇ ਘਰ ਵਾਲੇ 100 ਕੰਮ ਜਿਹੜਾ ਨਾ ਅੱਗੇ ਰੱਖ ਖੜਦੇ ਨੇ ਕਿ ਤੁਸੀਂ ਇਹ ਵੀ ਕਰਨਾ, ਇਹ ਵੀ ਕਰਨਾ, ਇਹ ਵੀ ਕਰਨਾ, ਇਹ ਵੀ ਕਰਨਾ, ਅਤੇ ਸਾਰੇ ਕੰਮ ਜਿਹੜਾ ਨਾ ਤੁਸੀਂ ਅੱਜ ਸ਼ਾਮ ਦਾ ਕਰਨੇ ਨੇ, ਇਸ ਵਾਸਤੇ ਬੰਦਾ ਸਿਰਫ ਨਾਂ ਦਾ ਹੀ ਵਿਹਲਾ ਹੁੰਦਾ, ਕਿਉਂਕਿ ਉਹ ਕੰਮ ਤੋਂ ਉਹਦੀ ਛੁੱਟੀ ਹੁੰਦੀ। ਜਦੋਂ ਬੰਦਾ ਘਰ ਹੁੰਦਾ ਨਾ ਤਾਂ ਦੂਸਰੇ ਕੰਮ ਨਾਲ ਵੀ ਜਿਹੜਾ ਨਾ ਬਹੁਤੇ ਕੰਮ ਘਰ ਰਹਿ ਕੇ ਕਰਨੇ ਪੈਂਦੇ ਨੇ, ਅਤੇ ਇੱਕ ਦਿਨ ਘਰ ਰਹਿ ਕੇ ਫੀਲ ਹੁੰਦਾ ਕਿ ਜਿਹੜੇ ਬੰਦੇ ਵਿਹਲੇ ਨਾ ਪੂਰਾ ਹਫ਼ਤਾ ਵਿਹਲੇ ਰਹਿੰਦੇ ਨੇ ਕੋਈ ਕੰਮ ਨਹੀਂ ਕਰਦੇ, ਉਹ ਅਸਲ ਦੇ ਵਿੱਚ ਸਿਰਫ ਨਾਂ ਦੇ ਵਿਹਲੇ ਹੁੰਦੇ ਨੇ, ਬਾਕੀ ਜਿੰਨਾ ਕੰਮ ਉਹ ਕਰਦੇ ਨੇ ਨਾ ਮੈਂ ਕਹਿੰਦਾ ਸਾਡੀ ਸੋਚ ਵੀ ਨਹੀਂ ਉੱਥੇ ਤੱਕ ਜਾਂਦੀ ਜਿੰਨਾ ਕੰਮ ਉਹ ਹਫ਼ਤੇ ਦਾ ਘਰ ਖੜਦੇ ਨੇ। ਅਤੇ ਹੈਰ ਯਾਰ ਜਿਹੜਾ ਜਿਹੜਾ ਵਿਹਲਾ ਨਾ ਜਿਹੜਾ ਜਿਹੜਾ ਇੰਨੇ ਕੰਮ ਘਰ ਦੇ ਕਰਦਾ, ਮੈਨੂੰ ਕਮੈਂਟ ਦੇ ਵਿੱਚ ਲਾਜ਼ਮ ਦੱਸਿਓ ਕਿ ਕਿਹੜਾ ਕਿਹੜਾ ਸਿਰਫ ਨਾਂ ਦਾ ਵਿਹਲਾ ਅਤੇ ਕਿਹੜਾ ਕਿਹੜਾ ਅਸਲੀ ਵਿਹਲਾ, ਇਹ ਕਮੈਂਟ ਵਿੱਚ ਤੁਸੀਂ ਦੱਸੋਗੇ ਤਾਂ ਫਿਰ ਮੈਨੂੰ ਪਤਾ ਲੱਗੇਗਾ ਕਿ ਕਿਹੜਾ ਕਿਹੜਾ ਅਸਲੀ ਵਿਹਲਾ ਅਤੇ ਕਿਹੜਾ ਕਿਹੜਾ ਸਿਰਫ ਨਾਂ ਦਾ ਹੀ ਵਿਹਲਾ ਮੇਰੇ ਯਾਰ। ਯਾਰ ਇੱਥੇ ਮੈਂ ਆਪਣੀ ਵੀਡੀਓ ਦਾ ਕਰਨਾ ਵਾ ਐਂਡ, ਅਤੇ ਕਿਸ ਤਰ੍ਹਾਂ ਦੀ ਲੱਗੀ ਮੇਰੀ ਵੀਡੀਓ ਮੈਨੂੰ ਕਮੈਂਟ ਵਿੱਚ ਲਾਜ਼ਮੀ ਦੱਸਣਾ, ਜੇ ਚੰਗੀ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਤੱਕ ਸ਼ੇਅਰ ਲਾਜ਼ਮੀ ਕਰ ਦੇਣਾ। ਮਿਲਣੇ ਅਗਲੇ ਵਲੌਗ ਦੇ ਵਿੱਚ, ਉਦੋਂ ਤੱਕ ਆਪਣਾ ਖਿਆਲ ਰੱਖਣਾ ਅਤੇ ਸਾਨੂੰ ਦੋਵਾਂ ਵਿੱਚ ਯਾਦ ਰੱਖਣਾ। ਅੱਲਾ ਹਾਫਿਜ਼।